ਦੋਸਤੋ ਤੁਸੀਂ ਵੇਖ ਰਹੇ ਹੋ ਵਤਨ ਟੀਵੀ ਪ੍ਰੋਗਰਾਮ ਤੇ ਹੁਣ ਸਮਾਂ ਹੁੰਦਾ ਹੈ ਸਾਡੇ ਸੈਗਮੈਂਟ ਵਤਨ ਡਾਇਰੀ ਦਾ ਸਾਲ 2014 ਦਾ ਵਰਾ ਕਾਮਾ ਗਾਟਾ ਮਾਰੂ ਸ਼ਤਾਬਦੀ ਨੂੰ ਸਮਰਪਿਤ ਵਰਾ ਰਿਹਾ 100 ਵਰੇ ਪਹਿਲਾਂ ਕੈਨੇਡਾ ਤੋਂ ਕਾਮਾ ਗਾਟਾ ਮਾਰੂ ਜਹਾਜ਼ ਨੂੰ ਨਸਲੀ ਭਿੰਨ ਭੇਦ ਸਮਾਜਿਕ ਤੇ ਆਰਥਿਕ ਵਿਤਕਰੇ ਤਹਿਤ ਵਾਪਸ ਮੋੜਨ ਦੀ ਲੂਹ ਕੰਡੇ ਕਰ ਦੇਣ ਵਾਲੀ ਘਟਨਾ ਤੇ ਫਿਰ ਉਸ ਤੋਂ ਬਾਅਦ ਬਜ ਬਜ ਘਾਟ ਕਲਕੱਤਾ ਦਾ ਸਾਕਾ ਹਰ ਸੰਵੇਦਨਸ਼ੀਲ ਵਿਅਕਤੀ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੰਦਾ ਹੈ ਇਹ ਵਰਾ ਪੂਰੇ ਇੰਡੀਆ ਦੇ ਵਿੱਚ ਵੀ ਅਤੇ ਹੋਰਨਾਂ ਮੁਲਕਾਂ ਦੇ ਵਿੱਚ ਵੀ ਕਾਮਾ ਗਾਟਾ ਮਾਰੂ ਸ਼ਤਾਬਦੀ ਨੂੰ ਸਮਰਪਿਤ ਵਰਾ ਰਿਹਾ ਪੂਰੇ ਕੈਨੇਡਾ ਭਰ ਦੇ ਵਿੱਚ ਇਸ ਪ੍ਰਤੀ ਪ੍ਰੋਗਰਾਮ ਹੁੰਦੇ ਰਹੇ ਅਤੇ ਖਾਸ ਕਰਕੇ ਐਡਮਿੰਟਨ ਸ਼ਹਿਰ ਦੇ ਵਿੱਚ ਪ੍ਰੋਗਰੈਸਿਵ ਪੀਪਲਸ ਫਾਊਂਡੇਸ਼ਨ ਆਫ ਐਡਮਿੰਟਨ ਵੱਲੋਂ ਇੱਕ ਬਹੁਤ ਹੀ ਵਧੀਆ ਨਾਟਕ ਕਾਮਾ ਗਾਟਾ ਮਾਰੂ ਸਫ਼ਰ ਜਾਰੀ ਹੈ ਦਵਿੰਦਰ ਦਮਨ ਹੋਣਾ ਦੀ ਨਿਰਦੇਸ਼ਨਾ ਹੇਠ ਫੈਸਟੀਵਲ ਪਲੇਸ ਵਿਖੇ ਖੇਡਿਆ ਗਿਆ ਆਹ ਵੇਖਦੇ ਹਾਂ ਉਸ ਨਾਟਕ ਦੇ ਕੁਝ ਇੱਕ ਕਲਿਪਸ ਅਤੇ ਹੁਣ 2014 ਦੌਰਾਨ ਇੱਕ ਸਦੀ ਬੀਤਣ ਤੋਂ ਬਾਅਦ ਜਿਹੜੇ ਕਾਨੂੰਨ ਅਤੇ ਜਿਸ ਤਰ੍ਹਾਂ ਦੀ ਦਸ਼ਾ 1914 ਸੀ ਉਹਦੇ 'ਚ ਕੀ ਬਣਦਾ ਹੈ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਥੋੜ੍ਹਾ ਜਿਹਾ ਧਿਆਨ ਇਸ ਕਲਾ ਵੱਲ ਆਉਣਾ ਸ਼ੁਰੂ ਹੋਇਆ ਅਤੇ ਅਸੀਂ ਆਪਾਂ ਕੋਸ਼ਿਸ਼ ਕੀਤੀ ਹੈ ਅਤੇ ਕਾਫੀ ਹੱਦ ਤੱਕ ਅੱਜ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਨਾਟਕ ਅੱਜ ਹਿੰਦੁਸਤਾਨ ਵਿੱਚ ਹੀ ਨਹੀਂ ਦੁਨੀਆਂ ਭਰ ਦੇ ਵੱਖ ਵੱਖ ਥਾਵਾਂ ਦੇ ਬੜੇ ਬੜੇ ਨਾਟਕ ਮੇਲੇ ਜਿੱਥੇ ਨਾਟਕ ਮੇਲੇ ਹੁੰਦੇ ਨੇ ਉੱਥੇ ਵੀ ਅੱਜ ਜਾਗ ਲੱਗ ਗਿਆ ਅਤੇ ਆਪਣੀ ਪਹਿਚਾਣ ਬਣਾਈ ਹੈ ਨਹੀਂ ਇਹ ਜੱਗ ਦਾ ਸ਼ੋਰ ਨਹੀਂ ਸੀ ਜੱਗ ਦੇ ਵਿੱਚ ਇਸ ਤਰ੍ਹਾਂ ਚੀਖਾਂ ਨਹੀਂ ਹੁੰਦੀਆਂ ਅਤੇ ਨਾ ਇਸ ਤਰ੍ਹਾਂ ਦੀ ਭੱਜ ਦੌੜ ਤਿਆਰ ਸਾਂ ਬਿਲਕੁਲ ਤਿਆਰ ਸਾਂ ਪਰ ਸਭ ਤੋਂ ਪਹਿਲਾਂ ਅਸੀਂ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪੀੜ ਕਿੰਨੇ ਗੁਰਦੁਆਰੇ ਦੌਰਾਨ ਬਾਹਰ ਕਰਨਾ ਚਾਹੁੰਦੇ ਹਾਂ ਮੈਂ ਕਲਕੱਤੇ ਜਹਾਜ਼ ਦੇ ਏਜੰਟ ਦੇ ਨਾਲ ਮੁਸਾਫਰਾਂ ਦੇ ਭਾੜੇ ਤੇ ਹੁੰਦੀਆਂ ਦਾ ਹਿਸਾਬ ਕਿਤਾਬ ਵੀ ਕਰਨਾ ਸੀ ਨਾਲ ਹਾਂਗਕਾਂਗ ਗਏ ਸੀ ਬਈ ਇੱਥੋਂ ਅਮਰੀਕਾ ਜਾਂ ਕੈਨੇਡਾ ਪਹੁੰਚ ਕੇ ਕਮਾਵਾਂਗੇ ਤੇ ਨਾਲ ਨਾਲ ਪੜ੍ਹਾਈ ਕਰਾਂਗੇ ਉਹ ਪਰ ਬੜੇ ਵੀਰ ਸਾਨੂੰ ਹਿੰਦੁਸਤਾਨੀਆਂ ਨੂੰ ਕੋਈ ਕੰਪਨੀ ਕਿਤੇ ਡੇਂਗ ਵੀ ਨਹੀਂ ਕਿਹਾ ਕੋਈ ਸਭ ਦਾ ਇਹੋ ਕਾਰਨ ਚੁਣਿਆ ਤੇ ਗੁਲਾਮ ਉੱਤੇ ਤਾਂ ਮਾਲਕ ਕਿਸੇ ਵੀ ਤਰ੍ਹਾਂ ਦੀ ਸ਼ਰਤ ਲਾ ਸਕਦਾ ਉਹ ਦੂਜਾ ਆਹ ਕੈਨੇਡਾ ਸਰਕਾਰ ਦੀ ਸੋਚ ਵੀ ਤਾਂ ਰੰਗ ਭੇਦ ਤੇ ਨਸਲ ਪ੍ਰਸਤੀ ਵਾਲੀ ਆ ਉਹ ਭਾਈ ਉਹ ਨਹੀਂ ਚਾਹੁੰਦੇ ਕਿ ਗੋਰੀ ਚਮੜੀ ਤੋਂ ਇਲਾਵਾ ਕੋਈ ਹੋਰ ਇਹਨਾਂ ਦੇ ਦੇਸ਼ ਚ ਆ ਕੇ ਵਸੇ ਭਾਈ ਨਸਲ ਤਾਂ ਚੀਨੀਆਂ ਤੇ ਜਪਾਨੀਆਂ ਦੀ ਵੀ ਗੋਰੇ ਨਾਲ ਨਹੀਂ ਮਿਲਦੀ